ਯਾਰ ਬਾਈ ਇੱਕ ਗੱਲ ਦੀ ਤਸੱਲੀ ਹੋ ਗਈ, ਕੀ ਆ ਜਿਹੜਾ ਹਕੂਮਤ ਨੇ ਬਾਂਦਰਾਂ ਨੂੰ ਨੰਬਰ ਲਾਇਆ ਨਾ 75 ਨੰਬਰ, ਤੇ ਤੁਹਾਡਾ ਨੰਬਰ ਮਿਟ ਗਿਆ ਯਾਰ? ਕੀ ਕਹਿਣ ਡਿਆ ਮੈਨੂੰ ਨਹੀਂ ਸਮਝ ਆਣੀ, ਛੋਟੀ ਬੋਟਾ ਵੱਡੀ ਫੁੱਫੜ। ਉਹ ਛੋਟੀ ਬੋਟਾ ਕੀ ਹੁੰਦਾ ਯਾਰ? ਨਹੀਂ ਛੋਟੀ ਬੋਟੀ ਵੱਡਾ ਫੁੱਫੜ, ਵੱਡਾ ਫੁੱਫੜ ਛੋਟੀ, ਉਹੀ ਨਾ ਵੱਡਾ ਬੋਟਾ ਛੋਟੀ ਫੁੱਫੜੀ। ਚਲੋ ਉੱਠੋ ਭਾਜੀ ਵਿਖਾ ਦਿਓ ਫਿਰ 12 ਦਾਣੇ ਮੈਨੂੰ ਕੱਲ ਯਾਰ ਗੁਲਾਮ ਸਹਿਨ ਘੱਟ ਫੜੋ ਦੀਆਂ ਲੱਤਾਂ ਉਠਾਓ ਤਾਵਨ ਕੀਤਾ। ਜੱਦਾ ਤੋਂ ਮਦਾਮ ਜ਼ਮਜ਼ਮ ਟੂ ਨਾਈਟ ਰੈਸਟੋਰੈਂਟ ਵਾਲਿਆਂ ਨੇ, ਜਿਹੜੇ ਅਲੀ ਪੱਪੂ ਸਾਹਿਬ ਨੇ ਸਾਡੇ ਬਹੁਤ ਪਿਆਰੇ ਭਰਾ ਨੇ, ਤੇ ਆਓ ਹੁਣ ਵੀਡੀਓ ਵੇਖਨੇ ਆ। ਬਸ ਦੁਆ ਕਰ ਕੋਈ ਅੱਲਾ ਤਾਲਾ ਕਰਮ ਕਰੇ ਆਪਣਾ, ਲੇਕਿਨ ਮਾਲ ਆਪਣਾ ਤੈਨੂੰ ਪਤਾ ਕਿ ਇੱਕ ਨੰਬਰ ਹੈ। ਚੰਨ ਕਿੱਥਾਂ ਗੁਜ਼ਾਰੀ ਆਈ ਰਾਤ ਵੇ ਸਾਡਾ ਹਾਲ ਹਾਲ ਬੇਹਾਲ ਵੇ, ਚੰਨ ਕਿੱਥਾਂ ਗੁਜ਼ਾਰੀ ਆਈ ਰਾਤ ਵੇ ਚੰਨ ਕਿੱਥਾਂ। ਓ ਭਾਈ ਓ ਹੈਲੋ, ਇਹ ਬੜੀਆਂ ਮਸਰੀਆਂ ਕਰਦਾ ਪਿਆ ਖੈਰ ਇਹਨੂੰ। ਓ ਪੁੱਛ ਯਾਰ ਕੀ ਲੈਣਾ ਇਹਨੇ? ਓ ਭਾਈ ਜੀ ਤੁਸੀਂ ਉੱਠ ਪੈਂਦੇ ਹੋ ਕਿ ਮੰਜੇ ਦੇ ਨਾਲ ਬੰਨੇ? ਉੱਠ ਪੈਣਾ ਕਾਕਾ ਲੈਣਾ ਕੀ ਆ? ਬਿਸਮਿਲ੍ਲਾ ਦੱਸ ਕੀ ਵੇਚਦੇ ਹੋ? ਇਹ ਦੁਆਣੇ ਹੀ ਲਾਏ ਨੇ, ਹੋਰ ਮੈਂ ਮਣਕੇ ਪੜ ਪੜ ਰੱਖੇ ਨੇ। ਮਣਕੇ ਭਾਜੀ ਤੁਹਾਡੇ ਸਾਹਮਣੇ ਤੇ ਲੱਗਦਾ ਬਦਾਨਾ ਪਿਆ। ਓ ਇੱਧਰ ਆ ਕਾਕਾ ਇੱਧਰ ਆ, ਤੁਸੀਂ ਇੱਧਰ ਆਓ। ਤਰਬੂਜ ਲੈਣਾ? ਹਾਂਜੀ ਦੁਆਣੇ ਨੇ ਨਾ ਭਾਜੀ? ਦੁਆਣੇ ਹੀ ਲਾਏ ਨੇ, ਹੋਰ ਮੈਂ ਸਰਾਣੇ ਲਾਏ ਨੇ। ਅੱਛਾ ਦੁਆਣੇ ਨੇ? ਆਹੋ ਮੈਂ ਸਮਝਿਆ ਤੁਹਾਡੇ ਬਟਨ ਟੁੱਟੇ। ਯਾਰ ਇਹ ਮੈਨੂੰ ਕੋਈ ਨਾ ਐਵੇਂ ਕੋਈ ਛੂਲੇ ਜਿਹਾ ਲੱਗਦਾ ਪਿਆ। ਪੁੱਛ ਇਹਨੂੰ ਗੁਲਾਮ ਸੈਨ ਕੀ ਲੈਣਾ? ਇਹ ਭਾਜੀ ਉਹ ਨਾਲ ਹੁੰਦੇ ਤੁਹਾਡੇ? ਹਾਂਜੀ ਭਾਜੀ ਦੁਆਣੇ ਲਾਏ ਨੇ? ਹਾਂਜੀ ਦੁਆਣੇ ਲਾਏ ਨੇ। ਮੈਂ ਸਮਝਿਆ ਤੁਸੀਂ ਆਪਣੇ ਨਿਆਣੇ ਲਾਏ ਨੇ ਸਾਰੇ। ਉਹ ਕੀ ਲੈਣਾ ਇੱਧਰ ਆ ਆ ਕਾਕਾ ਇੱਧਰ ਆ। ਭਾਜੀ ਦੁਆਣੇ ਲੈਣੇ ਸੀ ਕੋਈ 10-12। ਆ ਇੱਥੇ ਆ ਮੇਰਾ ਵੀਰ ਇੱਥੇ ਆ ਜਰਾ। ਤੇ 10-12 ਖੈਰ ਹੈ ਘਰ ਖਤਮ ਰੱਖਿਆ? ਇਹ ਜੁੱਤੀ ਭਾਜੀ ਤੁਹਾਡੀ? ਹਾਂਜੀ। ਓਏ ਹੋਏ ਕਿਉਂ ਕੀ ਹੋਇਆ? ਲੋਕਾਂ ਦੀ ਜੁੱਤੀ ਨੰਬਰ 11 ਹੁੰਦੀ ਹੈ, ਗਲੀ ਨੰਬਰ 11। ਤੁਸੀਂ ਇਹਦੇ ਵਿੱਚ ਵੜਨਾ ਵਾ? ਨਹੀਂ ਵਿੱਚ ਕੀ ਵੜਨਾ, ਇੱਥੇ ਕੋਈ ਅਸੀਸ ਰਹਿੰਦਾ ਤੁਹਾਡਾ? ਨਹੀਂ ਲਸੀਸ ਰਹਿੰਦਾ ਕੋਈ। ਯਾਰ ਜਿਹੜੀ ਸ਼ਾਇਦ ਲੈਣੀ ਆ ਉਹ ਦੱਸ ਮੇਰਾ ਭਰਾ। ਦੁਆਣੇ ਭਾਜੀ ਲੈਣੇ 10-12, ਸ਼ਾਦੀ ਹੈਗੀ ਹੈ ਤੇ ਗਰਮੀ ਦਾ ਮੌਸਮ ਹੈ ਤੁਹਾਨੂੰ ਪਤਾ। ਹਾਂ ਬਿਲਕੁਲ ਇਹ ਤੇ ਹੈ। ਤੇ ਮੈਂ ਕਹਿੰਦਾ 20-25 ਦੁਆਣੇ ਹੋ ਜਾਣ ਤੇ ਸਾਰੇ ਪੁਰਾਣਿਆਂ ਨੂੰ ਲੈ ਕੇ ਨਹਿਰ ਤੇ ਚਲ ਜਾਾਂਗੇ। ਨਹਿਰ ਤੇ ਰੱਖਿਆ ਪਿਆ ਦੁਆਣੇ ਭਾਜੀ? ਨਹਿਰ ਤੋਂ ਸੁੱਟ ਕੇ ਆਰੇ ਲੱਗੇ ਰਵਾਂਗੇ ਨਾ, ਘਰ ਛੋਟਾ ਹੈ, ਮਹਿਮਾਨ ਆ ਜਾਂਦੇ ਨੇ ਬਹੁਤੇ। ਸਵੇਰੇ ਤੁਹਾਨੂੰ ਪਤਾ ਉਹਨਾਂ ਨੂੰ ਸੁਆਣਾ ਬਿਠਾਣਾ ਤੇ 4 ਘੰਟੇ ਨਹਿਰ ਤੇ ਨੰਘਾ ਲਓ, ਇਹਦੇ ਨਾਲ ਉਹ ਸੌਖੇ ਰਹਿ ਜਾਂਦੇ ਨੇ। ਤੇ ਮਹਿਮਾਨ ਇੱਥੇ ਲੈ ਇੱਥੇ ਮੰਜੀ ਦੇ ਸਵਾਦ ਨਾਲ ਦੁਆਣੇ ਪੇ ਰਹੇ? ਨਹੀਂ ਇਸ ਤਰ੍ਹਾਂ ਨਹੀਂ ਨਾ ਭਾਜੀ। ਬੰਦੇ ਕਿਹੋ ਜਿਹਾ ਵਿਆਹ ਹੋ ਗਿਆ ਕਿ ਤੂੰ ਸਾਰੇ ਨਹਿਰ ਤੋਂ ਟੱਬਰ ਲੈ ਜਾਣਾ ਪੂਰਾ ਦਾ ਪੂਰਾ? ਇੱਥੇ ਲੈ ਆ, ਇੱਥੇ ਇੱਕ ਟੱਬਰ ਪਹਿਲਾਂ ਬੈਠਾ, ਦੂਜਾ ਟੱਬਰ ਲੈ ਮੈਂ, ਰਸ਼ ਬਹੁਤਾ ਪੈ ਜਾਣਾ। ਮੇਰੇ ਪੁੱਤਰੀਏ ਬੈਠੇ ਨੇ, ਪੁੱਤਰੀਆਂ ਦੇ ਸਾਹਮਣੇ ਇਹੋ ਜਿਹੀ ਗੱਲ ਨਹੀਂ ਕਰੀ ਦੀ ਹੁੰਦੀ। ਨਹੀਂ ਉਹ ਮੇਰੇ ਭਰਾ ਨੇ, ਯਾਰ ਨੇ ਆਪਣੇ ਸਜ਼ਾਦੇ, ਮੈਂ ਲਿਜਾਂਦਾ ਰਹਿਣਾ ਦੁਆਣੇ ਇਹਨਾਂ ਕੋਲੋਂ। ਯਾਰ ਤੁਹਾਨੂੰ ਪੱਕਾ ਗਾ ਕੇ? ਅੱਛਾ ਫਿਰ ਠੀਕ ਹੈ, ਫਿਰ ਮੈਂ ਵੀ ਸੋਚਿਆ ਇੱਡਾ ਮਾਹੌਲ ਹੀ ਆ ਕਿਉਂ ਛੱਡਣਾ ਹੋਣ ਡਿਆ। ਇਹ ਦੁਆਣਿਆਂ ਦੇ ਨਾਲ ਮਿਲਿਆ ਭਾਜੀ? ਅੱਛਾ ਅੱਛਾ ਉਹ
ਚਾਚਾ ਮੈਂ ਤੁਹਾਡਾ ਖਿਆਲ ਕਰ। ਨਹੀਂ ਹਜ਼ਾਰ ਦੁਹਾਣਾ ਲਾਓ ਨਾ ਤੇ ਮੰਡੀ ਚ ਇਹੋ ਜਿਹਾ ਬੰਦਾ ਨਾਲ ਦਿੰਦੇ ਨੇ ਕਿ ਲੈ ਜਾਓ ਦੁਹਾਣੇ ਛੇੜਦਾ ਛੁੜਦਾ ਰਹੇਗਾ। ਉਹ 70 ਰੁਪਏ ਕਿਲੋ ਹੀ ਮੇਰਾ ਭਰਾ, ਮੈਂ ਤਾਂ ਅਜੇ ਪੁੱਛਿਆ ਹੀ ਨੀ ਤੁਹਾਨੂੰ ਯਾਰ। ਤੂੰ ਲੈਣਾ ਤੇ ਤੈਨੂੰ ਰੇਟ ਤੇ ਦੱਸਾਂ ਨਾ ਮੈਂ, ਇਹਨੂੰ ਛੱਡ ਦੇ। ਇਹ ਭਾਜੀ ਤੁਹਾਡੀ ਫੋਟੋ ਦੇਖਣਾ, ਉਹ ਇੱਕੋ ਜਿਹੀ ਓਏ ਮੇਰਾ ਪਸੰਦੀਦਾ ਵਾ, ਇਹਨੂੰ ਆਪਣੇ ਇੱਥੇ ਕੋਲ ਰੱਖਿਆ ਵਾ। ਅੱਛਾ ਅੱਛਾ, ਇਹ ਵੱਡਾ ਮੁੰਡਾ ਤੁਹਾਡਾ, ਕਿਹੋ ਜਿਹੀਆਂ ਗੱਲਾਂ ਕਰਨਾ ਪਿਆ। ਅੱਛਾ ਮੈਨੂੰ ਇਹ ਦੱਸ, ਹਾਂਜੀ, ਕਿ ਤੂੰ 10-12 ਲੈਣਾ ਦਾਣੇ? 20 ਭਾਰਾ ਦਾਣਾ ਚਾਹੀਦਾ ਜਾਂ ਹਲਕਾ ਦਾਣਾ? ਨਹੀਂ ਹੁਣ ਮਹਿਮਾਨ ਆਏ ਨੇ, ਭਾਰਾ ਹੀ ਹੋਵੇ ਤੇ ਅੱਛਾ ਲੱਗਦਾ ਯਾਰ। ਬਰਾਦਰੀ ਇੱਜ਼ਤ ਵੀ ਬਚਾਉਣੀ, ਤੁਹਾਨੂੰ ਪਤਾ ਹੀ ਹੈ। ਇਹ ਦਵਾਣਿਆਂ ਨੇ ਤੁਹਾਡੀ ਇੱਜ਼ਤ ਬਚਾਉਣੀ? ਉਹ ਭਾਜੀ ਵਿਆਹ ਜੋ ਹੋਇਆ ਹੁਣ ਆਏ ਨੇ ਸਾਰੇ ਕਜ਼ਨ ਵੀ ਤੇ ਦੂਸਰੇ ਵੀ। ਅੱਛਾ ਹੁਣ ਇੱਕ ਨੂੰ ਵੱਡਾ ਮਿਲਦਾ, ਤੁਹਾਨੂੰ ਪਤਾ ਫੁੱਫੜ ਮਾਸੜ ਇਹ ਤਾਂ ਰੌਲਾ ਹੀ ਪਾਉਂਦੇ ਹੁੰਦੇ ਨੇ। ਆਹੋ ਆ ਪਿਛਲੇ ਵਿਆਹ ਤੇ ਹੋਇਆ ਸੀ ਮਸਲਾ ਮੇਰੇ ਆਪਣੇ ਵਿਆਹ ਤੇ, ਹੁਣ ਤੇ ਛੋਟੇ ਭਰਾ ਦੀ ਸ਼ਾਦੀ ਹੈ ਨਾ ਜੀ। ਅੱਛਾ ਤੇ ਉਹ ਮੇਰੇ ਵਿਆਹ ਤੇ ਆਏ ਫੁੱਫੜ, ਦੋਵੇਂ ਵੱਡਾ ਫੁੱਫੜ ਤੇ ਛੋਟਾ ਫੁੱਫੜ। ਅੱਛਾ ਅੱਛਾ, ਉਹਨਾਂ ਨੂੰ 2 ਪਲੇਟਾਂ ਦੇ ਸਾਲਣ ਪਾ ਕੇ ਦਿੱਤਾ, ਇੱਕ ਦੀ ਬੋਟੀ ਵੱਡੀ ਪੈ ਗਈ। ਅੱਛਾ ਇੱਕ ਦੀ ਛੋਟੀ ਪੈ ਗਈ, ਫੇਰ ਤੇ ਉੱਥੇ ਰਫੜ ਪੈ ਗਿਆ ਜੀ, ਫੁੱਫੜ ਵੱਡਾ, ਬੋਟੀ ਛੋਟੀ, ਛੋਟਾ ਫੁੱਫੜ ਵੱਡੀ ਬੋਟੀ। ਹਾਂ ਨਹੀਂ ਨਹੀਂ, ਉਹ ਐ ਬਣ ਗਈ ਨਾ, ਛੋਟਾ ਫੁੱਫੜ ਵੱਡੀ ਬੋਟੀ, ਵੱਡਾ ਫੁੱਫੜ ਛੋਟੀ ਬੋਟੀ, ਵੱਡਾ ਫੁੱਫੜ ਵੱਡੀ ਬੋਟੀ, ਛੋਟਾ ਫੁੱਫੜ ਨਹੀਂ, ਛੋਟਾ ਫੁੱਫੜ ਵੱਡੀ ਬੋਟੀ, ਵੱਡਾ ਫੁੱਫੜ ਛੋਟੀ ਬੋਟੀ, ਛੋਟੀ ਫੁੱਫੜ ਵੱਡਾ ਫੁੱਫੜ ਛੋਟੀ ਬੋਟੀ। ਯਾਰ ਕੀ ਕਹਿਣ ਦਿਆ ਮੈਨੂੰ ਨਹੀਂ ਸਮਝ ਆ ਰਿਹਾ। ਛੋਟੀ ਬੋਟਾ ਵੱਡੀ ਫੁੱਫੜ, ਉਹ ਛੋਟੀ ਬੋਟਾ ਕੀ ਹੁੰਦਾ ਯਾਰ? ਨਹੀਂ ਛੋਟੀ ਬੋਟੀ ਵੱਡਾ ਫੁੱਫੜ, ਵੱਡਾ ਫੁੱਫੜ ਛੋਟੀ, ਉਹੀ ਨਾ ਵੱਡਾ ਬੋਟਾ ਛੋਟੀ ਫੁੱਫੜੀ। ਚੇ ਮਾਮੂ ਕਾਂਜਣ ਦਾ ਮਾਲ ਹੈ ਜੀ ਆਪਣਾ। ਅੱਛਾ ਅੱਛਾ, ਜੋ ਉਥੋਂ ਮੰਗਾਉਂਦੇ ਮਾਮੂ ਕਾਂਜਣ? ਹਾਂਜੀ, ਆਪਣਾ ਆਪਣੀ ਫਸਲਾਂ ਲਈ ਜਾਂਦੇ ਮਾਮੂ ਕਾਂਜਣ ਤੋਂ ਮੰਗਾਉਂਦੇ ਨੂੰ। ਹਾਂਜੀ ਮੈਂ ਨਹੀਂ ਲੈਣਾ ਪੈਰ ਇਹ। ਨਹੀਂ ਮਾਮੂ ਕਾਂਜਣ ਤੋਂ ਐਡੀ ਦੂਰੋਂ ਆਉਂਦਾ, ਦੁਆਣਾ ਰਹਿ ਕੇ ਜਾਂਦਾ ਹੋਏਗਾ। ਦੁਆਣਾ ਕਿਹੜਾ, ਉਥੋਂ ਰਿੜ ਕੇ ਆਉਂਦਾ ਵੇ, ਲੰਘ ਜਾਂਦਾ ਤੇ ਲਾਲ ਹੈ ਨਾ ਸਾਰਾ ਭਾਜੀ, ਲਾਲ ਹੈ ਭਾਈ ਜਾਨਾ। ਤੁਸੀਂ ਪਿਛਲੀ ਵਾਰੀ ਮੈਂ ਉਹ ਪਿੱਛੇ ਦੁਕਾਨ ਉਥੋਂ ਮਿਲਿਆ ਤੇ ਵਿੱਚੋਂ ਨੀਲਾ ਨਿਕਲ ਆਇਆ। ਉਹਨਾਂ ਨੇ ਸਪਰੇਅ ਕੀਤੀ? ਅੱਛਾ ਸਪਰੇਅ ਚੱਲਦੀ? ਨਹੀਂ ਨੀਲਾ ਦੁਹਾਣਾ, ਮੈਂ ਕਿਹਾ ਪਤਾ ਨਹੀਂ ਨੀਲ ਦਿੱਤਾ ਇਹਨਾਂ ਨੂੰ ਕੀ। ਤੂੰ ਵਿੱਚ ਧੋਤੀ ਧੋ ਲੈਂਦਾ? ਧੋਤੀ ਕਿੱਥੇ ਧੋਣੀ ਸੀ ਭਾਜੀ, ਉਹ ਫਿਰ ਧੋਤੀ ਵੱਡੀ ਸੀ, ਦੁਹਾਣਾ ਛੋਟਾ ਸੀ। ਤੇ ਭਾਜੀ 10-20 ਦਾਣੇ ਨਾ ਵੱਡੇ ਵੱਡੇ ਕੱਢ ਦਿਓ, ਕੋਈ 10-10 12-12 ਕਿਲੋ ਵਾਲੇ, ਤਾਂ ਕਿ ਉਹ ਫਿਰ ਤੁਸੀਂ ਦਾਣੇ ਚੁੱਕ ਕੇ ਲਿਜਾਣੇ ਨੇ? ਚੁੱਕ ਕੇ ਲਿਜਾਵਾਂਗੇ ਭਾਜੀ, ਨਹੀਂ ਤੇ ਐਸ ਟਰਾਲੀ ਤੇ ਲੱਦ ਦੇਣਾ ਤੇ ਮੈਂ ਲੈ ਜਾਵਾਂਗਾ। ਨਾ ਚੁੱਕ ਕੇ ਲਿਜਾਣਾ, ਉਹ ਚੋਰ ਲੱਗਦਾ ਤੈਨੂੰ, ਪੈਸੇ ਦੇ ਕੇ ਜਿਵੇਂ ਮਰਜ਼ੀ ਫਿਰ ਲਾਈਏ। ਉਹ ਨਹੀਂ ਪਾਇਆ ਨਾ, ਉਹ ਕਹਿ ਰਹੇ ਨੇ ਵੀ ਮੋਢਿਆਂ ਤੇ ਚੁੱਕ ਕੇ ਹੀ ਐ। ਅੱਛਾ ਅੱਛਾ, ਹਾਂ ਕਿਵੇਂ ਲੱਗ ਜਾਣਾ ਤੇ ਭਾਜੀ ਕੱਢ ਦਿਓ ਫਿਰ ਦਾਣੇ 20 ਕਿਲੋ। ਅੱਛਾ ਹੁਣ ਸਾਰੇ ਲਾਲ, ਇਹ ਨਾ ਹੋਵੇ ਕੋਈ ਵਿੱਚੋਂ ਹੋਰ ਕਲਰ ਦੇ ਨਿਕਲ ਆਉਣ। ਯਾਰ ਹੋਲ ਕਲਰ ਤੇ ਮੈਂ ਇੱਥੇ ਸੂਟ ਲਾ ਕੇ ਬੈਠਾ ਕਿ ਤੈਨੂੰ ਕਲਰ ਵੱਖਰੇ ਵੱਖਰੇ ਵਹਾਵਾਂ। ਭਾਜੀ ਸਾਰੇ ਇਹ ਕਹਿੰਦੇ ਲਾਲ ਵਿੱਚੋਂ ਚਿੱਟਾ ਨਿਕਲ ਆਉਂਦਾ, ਪੀਲਾ ਨਿਕਲ ਆਉਂਦਾ, ਹਰਾ ਨਿਕਲ ਆਉਂਦਾ। ਫਿਰ ਉਹ ਜਿਹੜਾ ਮਹਿਮਾਨ ਜਿਹੜਾ ਸੂਟ ਪਾਇਆ ਹੁੰਦਾ ਕਹਿੰਦਾ ਜੀ ਇਹਦੇ ਨਾਲ ਦਾ ਮੈਨੂੰ ਕਲਰ ਦਿਓ ਲਿਆ। ਹੁਣ ਫਿਰ ਉਹ ਮੈਂ ਕਿੱਥੋਂ ਲੱਭਦਾ ਫਿਰਾਂਗਾ, ਸਾਰੇ ਲਾਲ ਹੋਣਗੇ ਨਾ। ਇਹ ਤਰਬੂਜ਼ ਹੈ ਬੰਟੀ ਨਹੀਂ, ਕਿਹੜੀ ਤੈਨੂੰ ਰੰਗ ਬਰੰਗੀ ਲੱਭੇਗੀ। ਚਲੋ ਉੱਠੋ ਭਾਜੀ, ਵਿਖਾ ਦਿਓ ਫਿਰ 12 ਦਾਣੇ ਮੈਨੂੰ। ਚੱਲ ਯਾਰ ਗੁਲਾਮ ਹੁਸੈਨ, ਘੱਟ ਦਰਦ ਫੜੋ ਜੀਆਂ ਲੱਤਾਂ ਉਠਾਓ, ਚੁੱਕੋ ਚੁੱਕੋ ਉਧਰੋਂ। ਓਏ ਇੱਕ ਮਿੰਟ, ਓਏ ਇੱਕ ਮਿੰਟ, ਛੱਡ ਦੋ ਯਾਰ, ਉੱਠ ਜੇ ਨਾ, ਤੈਨੂੰ ਕੋਈ ਤਕਲੀਫ ਹੈ? ਇਹਦੇ ਪਿੱਛੇ ਨਾ ਇੱਟਾਂ ਲਾ ਦਿਆ ਕਰੋ। ਆਹ ਵੀ ਚਾਚਾ ਤੈਨੂੰ ਖਾਵਾਂ, ਤੁਸੀਂ ਦੁਹਾਣੇ ਵਿਖਾ ਦਿਓ, ਮੈਂ ਜ਼ਰਾ ਅੱਖ ਲਾ ਲਵਾਂ। ਉਹ ਯਾਰ ਅੱਖ ਲਾ, ਤੂੰ ਲਾੜ ਕਾਣੇ ਆਇਆ ਕਿ ਤੇਰੀ ਅੱਖ ਲਵਾ ਦਿਆਂ ਮੈਂ ਇੱਥੇ? ਲਾੜ ਕਾਣੇ ਹੋ ਕੇ ਮੇਰੇ ਨਾਲ ਕੀ ਅਚਾਰ ਬੰਨੇ ਆ? ਦਿਖਾਓ ਦੁਹਾਣੇ। ਆ ਦੁਹਾਣੇ ਹੀ ਲੱਗੇ ਨੇ ਸਾਰੇ, ਚੈੱਕ ਕਰ ਕਿਹੜਾ ਪਸੰਦ ਹੈ। ਇਹ ਬਟਨ ਲਵਾ ਲਓ ਨਾ, ਲੱਗੇਗਾ ਪੂਰਾ ਹੀ ਸਹੀ ਜੀ। ਭਾਜੀ ਐ ਵੇਖੋ ਨਾ, ਸਹੀ ਮੋਟੇ ਮੋਟੇ ਆਪਣੇ ਅਰਗੇ ਇੱਥੇ ਲਾਏ ਨੇ, ਉਹ ਸੁੱਕੇ ਸੁੱਕੇ ਦੁਹਾਣੇ ਜਿਹੜੇ ਤੁਸੀਂ ਉਹ ਐ ਵੇਖੋ, ਐ ਲੱਗਦਾ ਤੁਹਾਡਾ ਹੀ ਮੂੰਹ ਵਿੱਚ ਫਸਿਆ ਹੈ। ਐ ਸਹੀ ਹੈ ਭਾਜੀ, ਇਹਦੇ ਨਾਲ ਮੇਰੀ ਗੱਤਨ, ਮੈਂ ਪਹਿਲੇ ਵੀ ਸਮਝਾਇਆ ਕਿ ਮੇਰੇ ਭਤੀਜੇ ਮੇਰੇ ਨਾਲ ਨੇ, ਥੋੜਾ ਵੱਡਿਆਂ ਦੀ ਉਸੇ ਇੱਜ਼ਤ ਰੱਖੀ ਦੀ ਹੁੰਦੀ ਹੈ ਯਾਰ। ਇਹ ਭਤੀਜੇ ਨੇ ਤੁਹਾਡੇ? ਇਹ ਮੇਰਾ ਭਤਰੀ ਹੈ। ਅੱਛਾ ਮਾਸ਼ਾਅੱਲਾ। ਇਹ ਗੁਲਾਮ ਹੁਸੈਨ ਹੈ, ਇਹ ਅਲੀ ਹੈ, ਇਹ ਮੇਰੇ ਬੜੇ ਚੰਗੇ ਮੁੰਡੇ ਨੇ। ਤੇ ਇਹਨਾਂ ਦੀ ਰੋਟੀ ਵੀ ਆਪ ਖਾ ਜਾਂਦੇ ਹੋ ਵੇਖੋ ਨਾ।
ਉਹ ਵੇਖ ਅੰਦਰ ਨਾੜ ਹੀ ਕੋਈ ਨੀ, ਸਾਰਾ ਧਾਗੇ ਦਾ ਕੰਮ ਹੋਇਆ। ਇਹ ਚੈੱਕ ਕਰ ਜਰਾ। ਹਾਂਜੀ ਹਾਂਜੀ, ਇਹ ਪਤਾ ਲੱਗਾ ਨਾ ਇਹੋ ਜਿਹੇ ਤੈਨੂੰ ਇੱਕੋ ਜਿਹੀ ਹੈ ਭਾਜੀ। ਹਾਂਜੀ ਇੱਕੋ ਜਿਹੇ ਨੇ, ਫਿਰ ਇਹੋ ਹੀ ਲੈ ਜਾ। ਨਹੀਂ ਭਾਜੀ ਇਹ ਕਾਣਾ ਨਿਕਲ, ਸਾਰੇ ਰਿਸ਼ਤੇਦਾਰਾਂ ਨੂੰ ਫਾੜੀ ਫੜ ਜਾਏਗੀ ਨਾ, ਇਹ ਜਬੀਰ ਬਹੁਤ ਨੇ, ਇਹ ਨਹੀਂ ਲਿਜਾਣਾ। ਅੱਛਾ ਭਾਜੀ ਇੱਕ ਚਾਹੀਦਾ ਮੈਨੂੰ ਲਾਈਟ ਉਸਮਾਨੀ ਜਿਹਾ, ਤੇਰੀ ਭਰਜਾਈ ਨੇ ਨਾ ਵਿਆਹ ਤੇ ਉਹੋ ਜਿਹਾ ਸੂਟ ਪਾਇਆ, ਤੇ ਦੁਆਣਾ ਵੀ ਅਗਰ ਉਸ ਕਲਰ ਦਾ ਨਿਕਲ ਆਵੇ ਤੇ ਕੀ ਮਜ਼ਾ ਆਏਗਾ। ਪਰ ਦਿਮਾਗ ਖਰਾਬ ਹੈ ਯਾਰ, ਦੁਆਣਾ ਇੱਕੋ ਰੰਗ ਦਾ ਹੁੰਦਾ, ਲਾਲ ਰੰਗ ਦਾ। ਇੱਕੋ ਰੰਗ ਦਾ ਨਹੀਂ ਤੇ ਫਿਰ ਉਹ ਚਿੱਟਾ ਕਿਉਂ ਨਿਕਲਿਆ ਸੀ? ਲਾਲ ਰੰਗ ਉਹ ਕੱਚਾ ਹੋਣਾ ਨਾ ਯਾਰ, ਤਾਂ ਲਾਲ ਸਹੀ ਨਹੀਂ ਨਿਕਲਿਆ। ਤੇ ਵਿੱਚੋਂ ਜਿਹੜਾ ਪੀਲਾ ਨੀਲਾ ਨਿਕਲ ਆਇਆ ਜੀ, ਉਹ ਜਿਹੜਾ ਮੈਂ ਦੱਸ ਰਿਹਾ ਸੀ ਕਿ ਨੀਲ ਉਹ ਭਾਈ, ਉਹਨਾਂ ਨੇ ਰੰਗ ਰੁੰਗ ਲਾਏ ਹੁੰਦੇ ਨੇ, ਸਾਡਾ ਉਹੋ ਜਿਹਾ ਕੰਮ ਨਹੀਂ। ਇੱਕ ਨੰਬਰ ਮਾਲ ਹੈ, ਮਾਮੂ ਕੰਜਣ ਤੋਂ ਆਇਆ ਵਾ। ਮਾਮੂ ਕੰਜਣ ਤੋਂ ਆਇਆ? ਇਹ ਮੇਰੇ ਪਤਰੀਏ, ਮੈਂ ਤੇ ਅੱਜ ਆਇਆ ਵਾ ਚੈੱਕ ਕਰਾਂ ਸੇ, ਮੇਰੇ ਇਹੋ ਜਿਹੇ 6 ਅੱਡੇ ਲੱਗੇ ਨੇ। ਅੱਛਾ ਅੱਛਾ ਅੱਛਾ, ਚਾਚੂ ਕੰਜਣ ਤੋਂ ਨਹੀਂ ਲਿਆਉਂਦੇ ਕੋਈ? ਚਾਚੂ ਕੰਜਣ ਦਾ ਕਿਹੜਾ ਮਾਲ ਹੁੰਦਾ ਯਾਰ, ਮਾਮੂ ਕੰਜਣ ਦਾ ਜਗ੍ਹਾ ਦਾ ਨਾਮ ਹੈ ਯਾਰ। ਮਾਮੂ ਕੰਜਣ, ਚਾਚੂ ਕੰਜਣ ਉਹਦੇ ਨਾਲ ਹੀ ਪਿੰਡ ਹੈਗਾ ਯਾਰ। ਬਈ ਇੱਕ ਗੱਲ ਦੀ ਤਸੱਲੀ ਹੋ ਗਈ ਕਿ ਆ ਜਿਹੜਾ ਹਕੂਮਤ ਨੇ ਬਾਂਦਰਾਂ ਨੂੰ ਨੰਬਰ ਲਾਇਆ ਨਾ, ਇਹ 75 ਨੰਬਰ ਤੇ ਤੁਹਾਡਾ ਨੰਬਰ ਮਿਟ ਗਿਆ, ਉਹਨਾਂ ਨੂੰ ਨਹੀਂ ਲਾਇਆ। ਫੜ ਯਾਰ ਅਲੀ, 20 ਦੁਆਣੇ ਬਾਜੀ ਕੱਢ ਦਿਓ। 12 ਤੋਂ 20 ਹੋ ਗਏ ਨੇ। 20 ਉਦੋਂ ਮੈਂ ਤੁਹਾਨੂੰ 20 ਕਿਹਾ ਯਾਰ, ਤੂੰ 12 ਮੂੰਹ ਕਿੱਥੇ ਤੁਹਾਡਾ? 20 ਨੇ ਬਾਜੀ, 20 ਦੁਆਣੇ ਲੈਣੇ ਨੇ। ਆਹੋ ਹੋ ਜਾਣਗੇ, ਬੇਫਿਕਰ ਰਹਿ। ਘੱਟੋ ਘੱਟ ਅਰੇ ਅਰੇ ਹੋ ਨਾ, ਉੱਥੋਂ ਖਲੋ ਗੱਲ ਕਰ ਭਾਜੀ। ਤੁਸੀਂ ਮੈਨੂੰ ਢਿੱਡੋ ਲੜਨ ਦੇ, ਮੈਂ ਤਾਂ ਸ਼ੁਗਰ ਲੱਗਾ ਤੁਹਾਡੇ ਨਾਲ ਭਾਜੀ। ਤੂੰ ਸ਼ੁਗਰ ਮੈਨੂੰ ਕਿਉਂ ਲੱਗਾ? ਮੈਨੂੰ 2 ਦੁਆਣੇ ਕੱਢ ਦਿਓ। 20 ਦੁਆਣੇ ਗੁਲਾਮ ਹੁਸੈਨ, 20 ਦੁਆਣੇ ਕੱਢ। ਕਿੰਨੇ ਕਿੰਨੇ ਵਜ਼ਨ ਦੇ ਹੋਣ? ਜਿੰਨਾ ਵੱਡਾ, ਜਿਹੜਾ ਸਭ ਤੋਂ ਵੱਡੇ ਵੱਡੇ ਉਹ ਕੱਢ ਦਿਓ ਤੁਸੀਂ। ਤੇ ਭਾਜੀ ਕੋਈ ਇਹੋ ਜਿਹਾ ਦੁਆਣਾ ਜਿਹੜਾ ਮਤਲਬ ਮਹਿਮਾਨ ਆਏ ਨੇ, ਮਤਲਬ ਕੋਈ ਆਇਆ ਉਹਨਾਂ ਦਾ ਸਿਰ ਪਾੜਨਾ? ਨਹੀਂ ਨਹੀਂ, ਕੋਈ ਮਤਲਬ ਸ਼ਾਹਗੜ੍ਹ ਤੋਂ ਆਇਆ, ਗੁਜਰਾਣੇ ਤੋਂ ਆਇਆ, ਕੋਈ ਦੁਆਣਾ ਇਹੋ ਜਿਹਾ ਹੋਵੇ 4 ਦੁਆਣੇ ਜੋੜ ਕੇ ਮੰਜੀ ਤੇ, ਤੇ ਮਹਿਮਾਨ ਉੱਤੇ ਬਿਠਾ ਕੇ ਉਹਨਾਂ ਨੂੰ ਭੇਜ ਦਿਆਂ ਵਾਪਸ। ਦੁਆਣੇ ਚੱਲ ਰਹੇ ਪਾਗਲੇ, ਤੈਨੂੰ ਮੈਂ ਥੜੀਆਂ ਬਣਾ ਬਣਾ ਕੇ ਦੇਣੀਆਂ ਨੇ। ਨਹੀਂ ਉਹ ਘੁੰਮਣ ਵਾਲੇ ਦੁਆਣੇ ਹੈ ਨਹੀਂ ਤੁਹਾਨੂੰ? ਘੁੰਮਣ ਵਾਲਾ ਕਿਹੜਾ ਦੁਆਣਾ, ਤੇ ਦੁਆਣਾ ਕੱਟ ਕੇ ਖਾਈਦਾ ਹੁੰਦਾ ਯਾਰ, ਠੰਡਾ ਦੁਆਣਾ ਹੁੰਦਾ। ਇਹ ਭਾਜੀ ਆ ਵੇਖੋ, ਇਹ ਘੁੰਮ ਰਿਹਾ ਨਾ, ਆਹੋ ਇੰਜ ਘੁੰਮਣ ਵਾਲੇ 3 ਹੋਰ ਦੇ ਦਿਓ। ਉੱਥੇ ਰੱਖ ਕੇ ਮਸਤੇ ਆ, ਚੱਲ ਨਿਕਲ। ਕਿੱਥੇ ਨਿਕਲ? ਇਹਨੇ ਲੈਣਾ ਲੋਣਾ ਕੋਈ ਨਹੀਂ ਹੈਗਾ, ਤਮਾਸ਼ਾ ਲਾ ਰਿਹਾ ਹੈਗਾ। ਤਮਾਸ਼ਾ ਤੁਸੀਂ ਕੀ ਬਾਂਦਰ ਹੋ? ਵੀ ਮੈਂ ਤੁਹਾਨੂੰ ਕਹਿ ਰਿਹਾ ਇੰਜ ਇੰਜ ਕਰੋ, ਸਹੁਰੇ ਜਾਣਾ ਕੀ ਕਰਾਂਗੇ? ਤਮਾਸ਼ਾ ਕੀ, ਮੈਂ ਸੌਦਾ ਲੈਣ ਨੇ ਤੁਹਾਨੂੰ? ਤਮਾਸ਼ਾ ਸੌਦਾ ਲੈਣ? ਤੂੰ ਪਰਚੂਨ ਦੀ ਦੁਕਾਨ ਦਾ ਸੌਦਾ ਲੈਣ ਨੇ? ਪਰਚੂਨ ਕੀ, ਮੈਂ ਸ਼ਾਪਰ ਫੜਿਆ ਵੀ ਅਜੇ ਸਲੰਟੀਆਂ ਪਾ ਦਿਓ। ਤੂੰ ਹੱਸਦਾ, ਤੇਰਾ ਕੀ ਰਿਸ਼ਤੇ ਲੱਗਦਾ? ਤੂੰ ਹੱਸਦਾ ਵਿੱਚ ਤੇ ਰੇਟ ਤੇ ਤੁਸੀਂ ਮੈਨੂੰ ਦੱਸਿਆ ਹੀ ਨਹੀਂ। ਉਹ 70 ਰੁਪਏ ਕਿਲੋ ਨੇ। 70 ਰੁਪਏ? ਹਾਂਜੀ, ਫੀ ਕਿਲੋ ਸਾਰੇ 70 ਰੁਪਏ ਦੇ। ਜਿਹੜਾ ਮਰਜ਼ੀ ਓਏ, ਜਿਹੜਾ ਮਰਜ਼ੀ ਚੁੱਕ ਲੈ, ਫੀ ਕਿਲੋ 70 ਰੁਪਏ ਤੈਨੂੰ ਲੱਗਣਾ ਹੀ। ਜਿਹੜਾ ਮਰਜ਼ੀ ਚੁੱਕ ਲਵਾਂ ਮੈਂ ਵੀ, ਜਿਹੜਾ ਮੇਰੇ ਨਾਲ ਲੜਿਆ ਹੋਵੇ ਉਹ ਵੀ ਚੁੱਕ ਲਵਾਂ। ਤੇਰੇ ਨਾਲ ਲੜਿਆ ਤੇਰੇ ਰਿਸ਼ਤੇਦਾਰ ਨੇ? ਕੋਈ ਲਾਲ ਜਿਹਾ ਦੁਆਣਾ ਮੈਨੂੰ ਵਿਖਾਓ। ਸਾਰੇ ਲਾਲ ਨੇ, ਅੱਲਾ ਦੇ ਹੁਕਮ ਨਾਲ। ਇਹ ਵੇਖੋ ਤੁਸੀਂ, ਅੱਲਾ ਦੇ ਬੰਦੇ ਹੋ, ਇਹ ਚੈੱਕ ਕਰ ਜ਼ਰਾ। ਆਹੋ ਹੈ ਕਿ ਨਹੀਂ? ਇਹਦਾ ਤਾਂ ਵਜ਼ਨ ਬਹੁਤ, ਇਹਦੀ ਨਿਸ਼ਾਨੀ ਹੈ ਦੱਸਣ ਨੇ ਤੈਨੂੰ। ਐ ਵੇ ਸਮਝ ਲੈ ਕਿ ਧੁੰਨੀ ਤੋਂ ਪਤਾ ਲੱਗਦਾ ਵੀ ਲਾਲ। ਨਾ ਤੂੰ ਇਹਦੀ ਨਾਫ ਕੱਢਦੀ ਕਿ ਧੁੰਨੀ ਵੇਖਣ ਆਇਆ ਤੂੰ? ਨਹੀਂ ਨਾਫ ਕੀ, ਮੈਂ ਤੇਲ ਪਾਉਣਾ ਉਹਦੇ, ਐ ਵਿਖਾਉਣ ਲੈ ਮੈਨੂੰ ਇਹ ਦੱਸੋ ਲਾਲ। ਉਹ ਤੈਨੂੰ ਨਿਸ਼ਾਨੀ ਦੱਸਣ ਆ, ਉਹ ਭਾਈ ਨਿਸ਼ਾਨੀ ਦੱਸਣ ਆ, ਦਿਖਾ ਜਰਾ। ਨਹੀਂ ਨਹੀਂ ਇਹ ਲਾਲ ਨਹੀਂ ਭਾਜੀ, ਇਹ ਅੰਦਰੋਂ ਮੋਟਾ ਹੈ ਤੁਹਾਡੇ ਵਾਂਗੂ ਹੈ। ਇੱਕ ਤੁਸੀਂ ਇਹ ਕੱਢ ਦਿਓ, ਇੱਕ ਇੱਕ ਇਹ ਕੱਢ ਦਿਓ, ਇੱਕ ਇਹ ਕੱਢ ਲਓ, ਤੇ 4 ਇਹ ਹੋ ਗਏ, 4 ਇਹ ਚਾਰੇ ਹੀ ਕੱਢ ਲਿਓ। 5 ਉਸਮਾਨ ਵੇ ਆਪਣਾ, ਸੋਰੀ ਗੁਲਾਮ ਹੁਸੈਨ ਵੇ ਯਾਰ, ਕਿਹੜਾ ਕਿਹੜਾ ਨੇ ਲੈਣਾ ਯਾਰ? 3 ਇਹ ਕਰ ਦਿਓ, 5 ਉਹ ਕਰ ਦਿਓ, 8 ਹੋ ਗਏ, ਤੇ 3 ਇਹ ਕਰ ਦਿਓ, 8 ਤੇ 10 ਹੋ ਗਏ। ਇਹਦੇ ਭਾਜੀ ਜਿਪ ਖੋਲੋ, 4 ਦੁਆਣੇ ਅੰਦਰ ਰੱਖੋ ਤੇ ਘਰ ਲਾਓ, ਫੇਰ ਦੁਬਾਰਾ ਰੱਖ ਕੇ ਫੇਰ ਲੈ ਜਾਣਾ। ਉਹ ਯਾਰ ਗੱਲ ਤੇ ਯਾਰ, ਤੇਰਾ ਦਿਮਾਗ ਖਰਾਬ ਹੈਗਾ, ਸਮਾਨ ਲੈਣਾ ਹੀ। ਦੱਸ ਮੇਰਾ ਪੁੱਤਰ, ਇਹ ਕੀ ਲੱਗਦਾ ਤੁਹਾਡਾ? ਇਹ ਜਿਹੜਾ ਬੱਚਾ ਇਹ ਮੇਰੇ ਨਾਲ ਲੱਗਣ ਡਿਆ ਫਿਲਹਾਲ ਤੇ, ਉਹ ਲੱਗਦਾ ਤੁਹਾਡਾ ਪਰਸ ਡਿੱਗਾ।
ਤੇ ਭਾਜੀ ਕਿੰਨੇ ਫਿਰ ਪੈਸੇ ਬਣੇ ਵੀਹਾਂ ਦੇ? ਹਿਸਾਬ ਲਾ ਯਾਰ ਉਸਮਾਨ, ਉਹ ਯਾਰ ਉਸਮਾਨ ਮੇਰੇ ਮੁੰਡੇ ਦਾ ਨਾਮ ਮੇਰੇ ਮੂੰਹ ਚੜਦਾ ਪਿਆ। ਪੈਸੇ ਕਿੰਨੇ ਮੈਂ ਪੈਸੇ ਸੁਭਾ ਕਿੰਨੇ ਹੈਗੇ ਨੇ? ਜਿੰਨੇ ਹੈਗੇ ਤੁਸੀਂ ਇਹਨਾਂ ਦੇ ਦੱਸੋ, ਮੈਂ ਸਾਰੇ ਦੇ ਯਾਰ ਤਕਰੀਬਨ 8-8 ਕਿਲੋ ਦਾ 10-10 ਕਿਲੋ ਦਾ ਪੀਸ ਹੈਗਾ। ਇਹ ਜਿਹੜਾ ਤੁਸੀਂ ਮੈਨੂੰ ਪਹਿਲੇ ਵਿਖਾਇਆ ਤੈਨੂੰ ਵੱਡੇ ਪੀਸ ਕੱਢ ਕੇ ਦਿਆਂਗਾ, ਉਹ ਵਿਖਾਣਾ ਜਰਾ। ਇਹ ਜਿਹੜਾ ਇਹ ਭਾਜੀ ਦੋਂਦਾ ਹੈ ਯਾਰ, ਤੂੰ ਕੀ ਲੈਣਾ ਹੈ? ਇਹਦਾ ਮੂੰਹ ਖੋਲ ਕੇ ਇੰਜ ਵੇਖ ਲਓ ਨਾ, ਐਂ ਕਰ ਯਾਰ ਤੁਸੀਂ ਫੜਿਆ ਨਾ ਦੁਆਣਾ। ਨਹੀਂ ਭਾਜੀ ਇਹ ਖੀਰਾ ਹੈਗਾ ਉਧਰ, ਇਹ ਨਹੀਂ ਲੈਣਾ ਅਸੀਂ। 20 ਦਾਣਿਆਂ ਦਾ ਬਣ ਗਿਆ 12,000 ਰੁਪਈਆ। ਹਾਂਜੀ ਤੇ ਲਓ ਭਾਜੀ ਮੈਂ ਨਾ ਤੁਹਾਨੂੰ ਪੈਸੇ ਦਿੰਦਾ 12,000। 1, 2, 3, 4, 5, 6, 7 ਮਿਆਰ ਤੁਹਾਨੂੰ ਪਤਾ ਸਾਡੇ ਮਾਮੂ ਕਾਂਜਣ ਦਾ ਕਦੀ 12 ਹੀ ਹੈ ਮੇਰੇ ਕੋਲ ਵੀ। ਬਸ ਲਿਆਓ ਜੀ, ਠੀਕ ਹੈ। ਤੇ 12,000 ਇਹਨਾਂ ਦਾ ਬਣ ਗਿਆ 20 ਦਾਣਿਆਂ ਦਾ। ਤੇ ਭਾਜੀ ਤੁਹਾਨੂੰ ਮੈਂ ਰੁਪਈਆ ਦਿਆਂਗਾ 900 ਰੁਪਈਆ ਦਿਆਂਗਾ 20 ਦਾਣੇ ਲੈ ਕੇ ਤੁਸੀਂ ਮੇਰੇ ਨਾਲ ਚੱਲੋ। ਮੈਂ ਮਹਿਮਾਨਾਂ ਨੂੰ ਲੈ ਕੇ ਨਹਿਰ ਤੇ ਜਾਵਾਂਗਾ, ਮਹਿਮਾਨ ਵਿੱਚ ਸੁੱਟਣਗੇ, ਨਹਾ ਨਹੂ ਕੇ ਜਦੋਂ ਚੰਗੀ ਤਰ੍ਹਾਂ ਥੱਕ ਜਾਣਗੇ ਉਦੋਂ ਦੁਆਣੇ ਤੁਸੀਂ ਵਾਪਸ ਲੈ ਆਉਣਾ, ਠੀਕ ਹੈ। ਤੇ ਮਹਿਮਾਨ ਮੈਂ ਘਰ ਲੈ ਜਾਵਾਂਗਾ। ਕੀ ਗੱਲ, ਚੱਲ ਕਿਉਂ ਤੇਰਾ ਦਿਮਾਗ ਖਰਾਬ ਹੈ? ਤੇਰੇ ਮੈਂ ਨਿਆਣੇ ਖੜਾਉਣਾ ਨਾ, ਸਾਨੂੰ ਆਉਣਾ ਨਾ ਤੇਰੇ ਮਹਿਮਾਨ ਮੈਂ। ਆਹ ਤਾਂ ਕੀ ਹੋਵੇ ਜਾਏਗਾ, ਵਿਆਹ ਹੋਣ ਡਿਆ ਕਿ ਤੇਰੇ ਸ਼ਰਾਬ ਚ ਰੋੜੇ ਤੇਰਾ ਖਾਨਦਾਨ ਆਇਆ? ਸ਼ਰਾਬ ਚ ਕਿਉਂ ਰੋੜ ਕੇ ਆਇਆ? ਗਿੱਲਾ ਮੈਂ, ਚੱਲ ਮੇਰਾ ਭਰਾ ਚੱਲ ਚੱਲ ਮਸਾ ਲਾਇਆ ਤੂੰ 900 ਰੁਪਈਆ ਤੂੰ ਓਏ ਹੱਥ ਨਾਲ ਮੈਂ ਦੁਆਣਾ ਮੈਂ ਤੇਰਾ ਮੂੰਹ ਦਾ ਤਰਾ ਹੱਥ ਨਾਲ ਲਾਵਾਂ ਤੂੰ ਇੰਜ ਕੋਣੀਆਂ ਪਾਰਟੀਆਂ ਉੱਤੇ ਕੋਣੀਆਂ ਪਾਰਟੀਆਂ ਧੱਕਾ ਕਿਉਂ ਦੇਣ ਡਿਆ ਤੂੰ? ਤਮੀਜ਼ ਨਾ ਗੱਲ ਕਰ, 900 ਰੁਪਏ ਚ 20 ਦਾਣੇ ਕੌਣ ਦਿੰਦਾ ਵਾ? ਤੇ 20 ਤੂੰ ਵਾਪਸ ਨਹੀਂ ਲੈਣੇ? ਮੈਂ ਤਾਂ ਕਿਰਾਇਆ ਤੇ ਲੈਣ ਆਇਆ ਤੇਰੇ ਕੋਲੋਂ ਵੀ ਨਹੀਂ ਅਸੀਂ ਖਾਣੇ ਤੂੰ ਨਹਾ ਕੇ ਮਹਿਮਾਨ ਵਾਪਸ ਦੇ ਦੇਣਗੇ ਤੈਨੂੰ, ਕੀ ਹੋ ਜਾਏਗਾ ਤੈਨੂੰ? ਤੇਰਾ ਦਿਮਾਗ ਖਰਾਬ ਹੈ, ਜਾ ਕੇ ਇਲਾਜ ਕਰਾ। ਤੇਰਾ ਦਿਮਾਗ ਸਹੀ ਹੈ, ਤੂੰ ਵੀ ਇਲਾਜ ਕਰਾ ਆਪਣਾ ਜਾ। ਜੀ ਇੰਨੇ ਨਹੀਂ ਦੁਆਣੇ ਲੈਣੇ, ਐਵੇਂ ਗਾਹਕ ਖਰਾਬ ਕਰਨ ਡੇ? ਚੱਲੋ ਤੁਸੀਂ ਗਾਹਕ ਖਰਾਬ, ਮੈਂ ਕੀ ਗਾਹਕ ਚ ਮੋਰੀਆਂ ਕਰਨ ਡੇ? ਕੋਈ ਗਾਹਕ ਤੁਹਾਡਾ? ਮੈਂ ਹੀ ਗਾਹਕ ਆ, ਮੈਨਾਂ ਤੁਸੀਂ ਐ ਸਲੂਕ ਕਰਨ ਡੇ? ਗਾਹਕ ਹੈਗਾ ਯਾਰ, ਤੇ ਮੈਂ ਕਹਿਣ ਡੇ ਮੈਨੂੰ ਕਿਰਾਏ ਤੇ ਤੁਸੀਂ ਦੁਆਣੇ ਤੁਹਾਡੇ ਵਾਪਸ ਆ ਜਾਣੇ ਨੇ, ਤੇ ਮੈਂ ਮਹਿਮਾਨ ਨਹਾਉਣ ਚਲੇ ਜਾਣਗੇ, ਉਹਨਾਂ ਨੂੰ ਨਹਾ ਕੇ ਮੈਂ ਘਰ ਲੈ ਜਾਵਾਂਗਾ, ਤੁਹਾਨੂੰ ਤੁਸੀਂ ਲਿਆ ਕੇ ਇੱਥੇ ਹੀ ਰੱਖ ਲਓ, 900 ਰੁਪਈਆ ਫ੍ਰੀ ਦਾ ਤੁਹਾਨੂੰ ਮੈਂ ਦੇਣ ਡਿਆ। ਨਾਲ ਮੈਂ ਸਾਬਣ ਲੈ ਆਵਾਂ, ਤੌਲੀਆ ਲੈ ਆਵਾਂ, ਤੇਰਾ ਕੱਲਾ ਕੱਲਾ ਮਹਿਮਾਨ ਨਾਲ ਸਾਫ਼ ਕਰ ਕਰਕੇ ਬਾਹਰ ਰੱਖੀ ਆਵਾਂਗਾ। ਚਲੋ ਇਹਦਾ 100 ਰੁਪਈਆ ਲੈਦਾ ਲੈ ਲੈਣਾ। ਉਹ ਚੱਲ ਦਿਮਾਗ ਖਰਾਬ ਕੀਤਾ ਤੂੰ, ਤੇ ਕੀ ਇਹ ਸੌਦਾ ਕਾਹਦੇ ਲਈ ਲਾਇਆ ਵੀਰੇ? ਸੌਦਾ ਕਾਹਦੇ ਲਈ? ਸੌਦਾ ਵੇਚਣ ਵਾਸਤੇ ਲਾਇਆ ਵਾ? ਤੂੰ ਇੱਥੇ ਚੋਂ ਕੱਢਾ ਫਿਰ ਇੱਥੋਂ, ਚੋਂ ਚੁੱਕਾ ਡਾ ਤੇਰੀ ਫੁੱਫੀ ਦੀ ਜਗ੍ਹਾ? ਤੇਰੀ ਫੁੱਫੀ ਦੀ ਜਗ੍ਹਾ? ਤੇਰਾ ਫੁੱਫੜ ਦਫਾ ਨਹੀਂ ਉੱਥੇ, ਆ ਪਿੱਛੇ ਸਾਰਾ ਕਬਰਸਤਾਨ ਅੱਗੇ ਤੂੰ ਦੁਆਣੇ ਲਾਏ ਨੇ, ਉਹ ਮੁੜ ਤੇ ਰਾਤ ਨੂੰ ਉੱਠ ਕੇ ਦੁਆਣਾ ਖਾ ਜਾਣ, ਕੌਣ ਜ਼ਿੰਮੇਦਾਰ ਹੈ ਤੇਰਾ? ਉਹਨਾਂ ਨੂੰ ਬਦ ਹਜ਼ਮੀ ਹੋ ਜਾਏ, ਤੇਰਾ ਪਿਓ ਨੇ ਇਲਾਜ ਕਰਾਉਣਾ ਉਹਨਾਂ ਦਾ। ਓਏ ਤਮੀਜ਼ ਨਾਲ ਗੱਲ ਕਰ ਰਿਹਾ? ਮੈਂ ਵੀ ਤੈਨੂੰ ਕਹਿੰਦਾ ਤੂੰ ਵੀ ਤਮੀਜ਼ ਨਾਲ ਗੱਲ ਕਰੀ ਮੇਰੇ ਨਾਲ, ਤੂੰ ਮੈਨੂੰ ਈਜ਼ੀ ਲੈਣ ਡਿਆ ਤੇ ਅੱਗੇ ਤੂੰ ਥੱਪੜ ਮਾਰਿਆ, ਇਹਦਾ ਤੈਨੂੰ ਸਾਫ ਦੇਣਾ ਪੈ ਗਿਆ ਹੀ ਇੱਥੇ। ਤੇ ਤੂੰ ਆਖਰ ਜਾ ਮੇਰੇ ਭਰਾ ਕਾ ਕੱਲ ਹੀ ਦੇਣ ਡਿਆ ਤੂੰ? ਓਏ ਉਹ ਚੱਲ, ਤੂੰ ਵੀ ਤਮੀਜ਼ ਨਾਲ ਗੱਲ ਕਰੀ, ਮੈਂ ਤੇਰੇ ਮੁੱਕੀ ਤੈਨੂੰ ਮੈਂ ਕਹਿਣ ਡਿਆ ਤੂੰ ਲੈ ਪੈਸੇ ਆਪਣੇ ਦੇ ਮੈਨੂੰ ਦੁਆਣੇ। ਓਏ ਚੱਲ 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 ਠੀਕ ਹੈ ਚੱਲ, ਰੋਂਦਾ ਕਰਤੂਤ ਰੇ ਤੇ ਲਾਈ ਫਿਰ ਦੁਆਣੇ ਤੈਨੂੰ ਮੈਂ ਦੱਸਾਂ। ਕਿਉਂ ਕਿਉਂ ਤੂੰ ਮਾਮਾ ਲੱਗਣਾ? ਚੁੱਕੇ ਤਾਂ ਦੁਆਣੇ ਚੁੱਕੇ ਤੇਰੀ ਅਸੀਂ ਤੁਸੀਂ ਤੇਰੂ ਨਾ ਚੁੱਕਾ ਚੱਲ।